ਸੁਣਿਆ ਉਹਨਾਂ ਦਾ ਹੋਵੇ ਇਕਬਾਲ ਉੱਚਾ ਜਿਹੜੇ ਤੇਰੀ ਦਲੀਲ ਤੇ ਝੁਕਦੇ ਨੇ ਮੜ ਕੇ ਉਹਨਾਂ ਨੂੰ ਆਸਦਾ ਪੂਰ ਲੱਗੇ ਬੂਟਾ ਜਿਹੜੇ ਤਕਦੀਰ ਤੋਂ ਸੁੱਕਦੇ ਨੇ ਜੀਵਨ ਲਹਿਰ ਫਿਰ ਉਹਨਾਂ ਵਿੱਚ ਹੋਵੇ ਪੈਦਾ ਸੋਮੇ ਜ਼ਿੰਦਗੀ ਤੋਂ ਜਿਹੜੇ ਰੁਕਦੇ ਨੇ ਸ਼ਰਧਾ ਨਾਲ ਜੋ ਤੇਰੇ ਦਰਬਾਰ ਆਵੇ ਪਿੰਡੇ ਉਹਦੇ 84 ਦੇ ਮੁੱਕਦੇ ਨੇ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਹੱਕ ਹੱਕ ਦਾ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸੱਜਣੋ ਇਹ ਕਹਾਣੀ ਇੱਕ ਸੱਚੀ ਕਹਾਣੀ ਹੈ ਵੈਸੇ ਵੀ ਇਹ ਕਹਾਣੀ ਹਰ ਅਨਪੜ੍ਹ ਬੰਦੇ ਦੀ ਆਪਣੀ ਕਹਾਣੀ ਹੈ ਜੋ ਸਮਾਜ ਫੈਲੀ ਅਨਪੜ੍ਹਤਾ ਤੇ ਕਰਾਰਾ ਵਿਅੰਗ ਕਸਦੀ ਹੈ ਆਓ ਤੁਹਾਨੂੰ ਲੈ ਚੱਲਦੇ ਹਾਂ ਕਹਿਲੇ ਬੁੱਢੇ ਦੇ ਘਰ ਜਿੱਥੇ ਫੌਜੀ ਨਰਿੰਦਰ ਸਿੰਘ ਫੌਜ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਹੈ ਕੀ ਗੱਲ ਕੀ ਗੱਲ ਐਂ ਕਿਉਂ ਬੋਲੇ ਜੇ ਸੁੱਟ ਲੈ ਉਹੀ ਮਨ ਨਹੀਂ ਖਰਾਬ ਕਰੀਦਾ ਹੁੰਦਾ ਮਹੀਨੇ ਕਿ ਦੀ ਤਾਂ ਗੱਲ ਹੈ ਮੈਂ ਤੈਨੂੰ ਉੱਥੇ ਬੁਲਾ ਲੂੰਗਾ ਤੂੰ ਤਾਂ ਜੀ ਆਪ ਤਾਂ ਬਗ ਜੇਗਾ ਸੌ ਭਾਈ ਦੀ ਮੇਰੇ ਤਾਂ ਜਮੇ ਜੀ ਨਹੀਂ ਲੱਗਣਾ ਸਿਮਲੋ ਜਲਾਹੀ ਕਹਿੰਦੀ ਸੀ ਪੰਛੀ ਤੇ ਪਰਦੇਸੀ ਕਿਸੇ ਦੇ ਮਿੱਤ ਨਹੀਂ ਹੁੰਦੇ ਉਹ ਪਰ ਇੱਕ ਗੱਲੋਂ ਪਰਦੇਸੀ ਚੰਗੇ ਵੀ ਬੜੇ ਹੁੰਦੇ ਨੇ ਨਾਲੇ ਯਾਦ ਕਰਦੇ ਆ ਨਾਲੇ ਰੋਂਦੇ ਹੁੰਦੇ ਨੇ ਕੀ ਕਰੀਏ ਸਿੰਧੂ ਨੌਕਰੀ ਆ ਉਹੀ ਕਾਹਨੂੰ ਗਪੌੜ ਮਾਰਦਾ ਉੱਥੇ ਜਾ ਕੇ ਤੂੰ ਬਿੰਦ ਚ ਭੁੱਲ ਜੇਗਾ ਸਿਮਲੋ ਜਲਾਹੀ ਕਹਿੰਦੀ ਸੀ ਵੀ ਫੌਜੀਆਂ ਦੇ ਲਾਰੇ ਤੇ ਸ਼ਰਾਬੀਆਂ ਦੇ ਗੱਪ ਵਰਗੇ ਹੁੰਦੇ ਨੇ ਓਏ ਹੋ ਗਿਆ ਫੌਜੀਆ ਤਿਆਰ ਓ ਖਿੱਚ ਲਈ ਤਿਆਰੀ ਬਸ ਬਾਈ 2 ਮਿੰਟ ਓ ਛੇਤੀ ਕਰ ਕਿਤੇ ਤੇਰੀ ਗੱਡੀ ਨਾ ਖੁੰਝ ਜੇ ਨੀ ਨਸੀਬ ਕੁਰੇ ਨੀ ਨਸੀਬ ਕੁਰੇ ਓ ਛੇਤੀ ਲਾ ਦੇ ਪਰੌਂਠੇ ਫੌਜੀ ਸਾਹਿਬ ਵਾਸਤੇ ਲੈ ਰੋਟੀ ਤਾਂ ਕਦੋਂ ਦੀ ਤਿਆਰ ਹੋਈ ਪਈ ਹੈ ਆ ਤੇਰੇ ਫੌਜੀ ਦੇ ਇਸ਼ਨੇ ਵਿਸ਼ਨੇ ਨਹੀਂ ਪੂਰੇ ਹੁੰਦੇ ਸਾਰਾ ਦਿਨ ਭਾਬੀ ਮੈਂ ਤਾਂ ਤਿਆਰ ਹਾਂ ਘੰਟੇ ਦਾ ਸ਼ੂ ਮੰਗੀ ਜਾਂਦਾ ਕਿਹੜੀ ਸ਼ੂ ਓ ਸੌਰੀ ਸੌਰੀ ਮੈਂ ਬੂਟ ਕਹਿਣਾ ਫੇਰ ਤੂੰ ਗੂਟ ਕਹਿਣਾ ਲੈ ਨਰਿੰਦਰਾ ਰੋਟੀ ਖਾ ਲੈ ਬਈ ਨਰਿੰਦਰਾ ਨਾ ਸਿੱਧਾ ਲੈ ਕਰ ਉਹ ਥੋਡੀ ਪਾੜਾ ਦੀ ਗਰੇਜੀ ਦਾ ਸਾਡੀ ਸਮਝ ਤੋਂ ਬਾਹਰ ਹੈ ਤੁਸੀਂ ਤੜਕੇ ਦੀ ਹਾਜ਼ਰੀ ਨੂੰ ਕੁਝ ਹੋਰ ਕਹਿੰਦੇ ਹੋ ਦੁਪਹਿਰ ਦੀ ਨੂੰ ਹੋਰ ਤੇ ਆਥਣ ਦੀ ਨੂੰ ਕੁਝ ਹੋਰ ਕਹਿੰਦੇ ਹੋ ਬਈ ਵਾਹ ਭਾਬੀ ਰੋਟੀ ਬੜੀ ਸਵਾਦ ਬਣਾਉਣੀ ਆ ਸਾਗ ਘੱਟ ਹੈ ਤੇ ਮੱਖਣੀ ਵੱਧ ਹੈ ਮੱਖਣੀ ਤਾਂ ਭਾਬੀ ਚਾਰੇ ਉਂਗਲਾਂ ਨਾਲ ਪਾਉਣੀ ਹੈ ਕਾਹਨੂੰ ਦਿਓਰਾ ਮਾਣ ਰੱਖਣ ਦਾ ਮਾਰਾ ਕਹਿਣਾ ਭਾਬੀ ਦਾ ਨਹੀਂ ਭਾਬੀ ਉੱਥੇ ਤੂੰ ਮੈਨੂੰ ਸਭ ਤੋਂ ਵੱਧ ਯਾਦ ਆਉਂਦੀ ਆ ਤੇਰਾ ਬਣਾਇਆ ਸਾਗ ਤੇ ਮੱਕੀ ਦੀ ਰੋਟੀ ਨੂੰ ਤਾਂ ਮੈਂ ਤਰਸ ਜਾਂਦਾ ਭਾਬੀ ਆ ਪਾਣੀ ਤਾਂ ਪਾਈ ਫਿਰ ਲੈ ਦਿਓਰਾ ਪਾਣੀ ਦਾ ਕੀ ਪੀਣਾ ਵੇ ਦੁੱਧ ਪੀ ਦੁੱਧ ਉਹ ਕਿਸੇ ਨੇ ਸੱਚ ਹੀ ਕਿਹਾ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਉਹ ਲੈ ਪੁੱਤ ਜੇ ਰੋਟੀ ਖਾ ਲਈ ਤਾਂ ਛੇਤੀ ਕਰੋ ਉਹ ਬਸ ਬਾਪੂ ਆ ਨਾਜ਼ਰ ਕਿੱਥੇ ਗਿਆ ਓਏ ਅਸੀਂ ਕਿਹੜਾ ਛੋਟੇ ਭਾਈ ਵਲਾਇਤ ਜਾਣਾ ਲਿਆ ਤੇਰਾ ਬੋਰੀ ਬਿਸਤਰਾ ਓ ਫੌਜੀਆ ਐਤਕੀ ਰੰਮ ਦੀਆਂ ਬੋਤਲਾਂ ਖਾਸੀਆਂ ਲੈ ਕੇ ਆਈ ਅੱਗੇ ਤਿਉਹਾਰ ਆਉਂਦੇ ਨੇ ਕੀ ਗੱਲ ਐਤਕੀ ਰੂੜੀ ਮਾਰ ਕਾਣੀ ਪਾਈ ਓਏ ਪਾਈ ਸੀ ਛੋਟੇ ਭਾਈ ਸਿਆਲ ਕਰਕੇ ਬਣੀ ਨੀ ਉਹ ਬਣੀ ਕਿਉਂ ਨੀ ਓਏ ਪੰਜ ਛੀ ਬੋਤਲਾਂ ਤਾਂ ਬਣੀਆਂ ਗਿਆ ਮੇਰੇ ਯਾਰਾ ਓਏ ਹੋਰ ਹੀ ਜਵਲੀਆਂ ਮਾਰੀ ਜਾਂਦੇ ਹੋ ਪਤੰਦਰੋ ਇਹਨੂੰ ਲੇਟ ਕਰਾਉਂਗੇ ਪੀਰੋ ਹੋ ਨਹੀਂ ਬਲਵੀਰ ਕੁਰੇ ਆਉਣੀਆ ਇੱਥੋਂ ਪੰਜੀਰੀ ਪਾ ਦੇ ਲੈ ਜੰਜੀਰੀ ਕੀ ਕਰਨੀ ਆ ਉੱਥੇ ਖੋਜੂਗੀ ਮੈਂ ਪੰਜੀਰੀ ਕਹਿਣਾ ਕੰਜਰ ਦੀ ਬੋਲੀ ਪਾਤੀ ਪਾਤੀ ਸਵੈਟਰ ਪਾਤਾ ਉੱਥੇ ਠੰਡ ਬੜੀ ਹੈ ਦੇ ਪੁੱਤ ਚਿੱਠੀ ਚੀਰਾ ਜਲਦੀ ਪਾ ਦਿਆ ਕਰ ਕੀ ਭਰੋਸਾ ਇਸ ਹੱਡਾਂ ਦੇ ਪੁਤਲੇ ਦਾ ਓ ਬੇਬੇ ਅੱਜ ਤਾਂ ਤੂੰ ਪੋਤੇ ਪੋਤੀਆਂ ਦਾ ਵਿਆਹ ਦੇਖ ਕੇ ਮਰੇਗੀ ਲੈ ਨਰਿੰਦਰਾ ਰਸਤੇ ਚ ਭੁੱਖ ਲੱਗੂਗੀ ਉੱਥੇ ਖਾ ਲਈ ਨਾਲੇ ਆ ਚੌਲਾਂ ਦੀਆਂ ਪਿੰਨੀਆਂ ਨੇ ਵਿੱਚ ਓ ਚੱਲ ਵੀ ਫੌਜੀਆ ਟੇਕ ਮੱਥਾ ਚੱਲ ਚਲੀਏ ਫੌਜੀ ਨਰਿੰਦਰ ਸਿੰਘ ਫੌਜ ਵਿੱਚ ਚਲਾ ਜਾਂਦਾ ਹੈ ਉੱਥੇ ਉਸ ਨੂੰ ਪਹਿਲਾਂ ਦਿੱਤੀ ਅਰਜੀ ਤੇ ਕੁਆਟਰ ਅਲਾਟ ਹੋ ਜਾਂਦਾ ਹੈ ਉਹ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਨੂੰ ਚਿੱਠੀ ਲੈ ਕੇ ਕਹਿੰਦਾ ਹੈ ਕਿ ਮੇਰੀ ਫੈਮਿਲੀ ਮੇਰੇ ਕੋਲ ਭੇਜ ਦਿਓ ਇਸ ਗੱਲ ਨੂੰ ਭਾਈ ਅਮਰੀਕ ਸਿੰਘ ਰੰਧਾਵੇ ਦਾ ਢਾਡੀ ਜਥਾ ਭਾਣ ਸਿੰਘ ਲਹਿਰੀ ਹਰਨਰਾਇਣ ਸਿੰਘ ਰਾਜੂ ਸਰੰਗੀ ਮਾਸਟਰ ਸੁਲੱਖਣ ਸਿੰਘ ਲੌਂਗੋਵਾਲਾ ਕਿਉਂ ਬਿਆਨ ਕਰਦੇ ਹਨ
ताही ता ते तो पंजवी दी निकली लपोट संख जया की करना अंबो असी सारे आने बाबा सिद्धू दे सुख सुखी सी के साडे मास्टर दा अरदासा सोध दे असी सारे तेरे सवा रुपए दे पतासे चढ़ा के जावांगे आहो बाबा सिद्धा थोड़ी सुनूगा सड़े हाणा दी मत्था टेक दिया ताई लस्सी नहीं हैगी नी साडे कौन खांदा मच्छी नी मच्छी नी लस्सी कहनिया लस्सी आहो रिड़किया जा वे गोलू पाके लिया दे तौले चो बे तौला ना पांदी ओ भाई कैले बुड़ेगा का राहिया आउनिया वे गोड़े केड़ा चाल देने मचने जमाई रह गए हाँ भाई माई आ थोड़ी चिट्ठी आईया नी अत्र कुरे आ देख पता नहीं कित्थों आ गई चिट्ठी ओए वेख लो किते बैंक स्टेटी गड़ां दी ना होवे ओ किते बेबे दी पेंशन दी ना होवे ये ता पाती होई आ नी पाती होई ता वीर मरे आंदी हुंदी आ कुड़े बू असी ता पट्टे गए हाय वे कौन मर गया खोल के बंदो वे नी नी बल्ली ता बसालो हाय वे मेरे पेक्या दे करे सुख होवे हाय ओ पहला है ता देखो भी मरया कौन है ओए उरे आ इनु पड़ गोरू हाय वे तेरे बाप नु दे दियो डोलू मैं गोलू कहना साली डोलू दी ओए ए ता मेरी चाची दी चिट्ठी आ ओए ओ मनसाणियो ए ता अपने नरेंद्र दी चिट्ठी आई है पढ़ पुत की लिखदा फौजी साहब थोड़ा जा उच्ची पढ़ी आ बेबे नु ता सुनदा ही नहीं बेबे बापू नू पैरी पहना जिंदा रह भाई जवानियां माने अगे पढ़ पुत अगे बड़ा भरा गुरतेज अते भाभी अते छिंदो नू सत श्री अकाल समाचार रहे है हाय वेखी ता संस्कार हो गया ओ समाचार है बेबे समाचार पढ़ पुत मेनू कु क्वार्टर मिल गया स्वेटर मिल गया शुक्र है महाराज अत्र से शुक्र है ओ बेबे स्वेटर नहीं क्वार्टर बैठक बैठक सवात कमरा अम्मा जी कमरा अच्छा अच्छा जल्दी जल्दी मेनू मेरी फैमिली भेज देवो तुहाडा पुत्र नरेंद्र सिंह संधू फैमिली फैमिली की हुंदी है पुत मेनू तो बेबे आप नहीं पता
भाई सिंधो तैनू तो नहीं फड़ा गया कि ना बापू मैं ता बेबे नू समा दिनी आ जेड़ी चीज होवे मैनू तो कदे दस्या नहीं हाय हाय एडा ओला जहर होने दा मैनू भी नहीं फड़ा के गया ओए होऊ ता घर ची घर चो ता नहीं किधरे जांदी देखो बाबा जी मेरी ता तलाशी ले लो भावे हुणे मैनू ता बाबे बराणे दी सौ लगे मैं ता जानी आ घर ची भालो भाई बलवीर नहीं तैनू ता नहीं फड़ाई आहो देखो कड़ाही ओ बेबे ऐ कहदा बापू भी तैनू ता नहीं फड़ाई मैं की बीरा बड़ी जा चार पावना सी मैं गुसलखाने च देख दिया तुसी आले दाले लबो मैं पेटियां च देख दिया किते उथे ना रह गया होवे ओ मैं खुलिया देखदा बापू तू तूड़ी आले देख बाथियां च देख दिया किते उथे ना होवे इना फौजियां दे दिमागां दा भी बहुत सरे ही पिया ना मैनू फड़ा जांदा मैं की खांदा सी फैमिली दे चक्करां विच उलझिया कैला बुड़ा सारे टब्बर नू इस तरह कोसदा है कुंजी फिरदा हाथ मारदा इत्थे होनी
ਕੁੰਤੇ ਕਰਕੇ ਪਟਦੀ ਉਹ ਗਈ ਕਿੱਧਰ ਨਾ ਮੈਨੂੰ ਫੜਾ ਜਾਂਦਾ ਫੌਜੀ ਹੈ ਦੱਸ ਉਹ ਜਵਾਕੋ ਹੋ ਰਿਹਾ ਓਏ ਹਾਂ ਬਾਬੇ ਮੇਰੇ ਸਾਰੇ ਦਿਓ ਉਹ ਕਿਤੇ ਤੁਸੀਂ ਤਾਂ ਨਹੀਂ ਲੈ ਕੇ ਚੋਲੇ ਜਵਾ ਕੇ ਕਿਤੇ ਮਾਸਟਰ ਨੂੰ ਫੜਾਇਆ ਹੋਵੋ ਪਾਪਾ ਮੈਨੇ ਚੱਕੀ ਤੈ ਓਏ ਪਾਪੇ ਵੱਡੇ ਮਹਾਰਾਜ ਦੀ ਸੌਂ ਮੈਂ ਨਹੀਂ ਚੱਕੀ ਮੇਰੇ ਸਾਲੇ ਮੇਰੇ ਹੈ ਲੱਭੋ ਨਹੀਂ ਕੱਲੇ ਕੱਲੇ ਨੂੰ ਮਾਰ ਦੂ ਕੱਲੇ ਕੱਲੇ ਨੂੰ ਦੇ ਬਸ ਕਰ ਵੱਡਾ ਆ ਮਾਰਨ ਵਾਲਾ ਨਾ ਕਿਉਂ ਜਵਾਕਾਂ ਨੂੰ ਵੱਢੀ ਜਾਣਾ ਇਹਨਾਂ ਨੇ ਦੱਸ ਕੀ ਚੱਟਣੀ ਹੈ ਫੈਮਿਲੀ ਬਸ ਕਰ ਪੁੱਤ ਬਸ ਕਰ ਦੇ ਇਹਦਾ ਤਾਂ ਸੁਭਾਅ ਇਹੋ ਜਿਹਾ ਨਿਕੰਮੇ ਦਾ ਨਾ ਹੋਰ ਫਿਰ ਘਰ ਚੋਂ ਗਰਕ ਗਈ ਹੈ ਉਧਰ ਫੈਮਿਲੀ ਵੇਲਾ ਫੌਜੀ ਔਖਾ ਹੁੰਦਾ ਹੋਊਗਾ ਪਤਾ ਨਹੀਂ ਫੌਜੀ ਫੈਮਿਲੀ ਵੇਲਾ ਕਿਵੇਂ ਸਾਰਦਾ ਹੋਊਗਾ ਇਹ ਸਾਰਾ ਤੇਰੀ ਮਾਂ ਦੀ ਕਰਤੂਤ ਹੈ ਤੇਰੀ ਮਾਂ ਨੇ ਚੱਕਿਆ ਤੇਰੀ ਮਾਂ ਨੇ ਹਾਂ ਦੇ ਮੂੰਹ ਸੰਭਾਲ ਕੇ ਗੱਲ ਕਰ ਖਬਰਦਾਰ ਜੇ ਮੇਰੀ ਮਾਂ ਤੱਕ ਪਹੁੰਚਿਆ ਤਾਂ ਉਹ ਮਾਰਾ ਚਾਪਾ ਦੇ ਨਾ ਅਟਿਆ ਦੂ ਅਟਿਆ ਸਾਲੀ ਥੁੱਕੜ ਕੁੱਜਾ ਫੌਜੀ ਨਰਿੰਦਰ ਸਿੰਘ ਦਾ ਵੱਡਾ ਭਰਾ ਗੁਰਤੇਜ ਆਪਣੇ ਘਰ ਵਾਲੀ ਤੋਂ ਫੈਮਿਲੀ ਵਾਲੇ ਤਰ੍ਹਾਂ ਤਰ੍ਹਾਂ ਦੇ ਸਵਾਲ ਇਸ ਤਰ੍ਹਾਂ ਪੁੱਛਦਾ ਹੈ ਨਸੀਬੋ ਐਵੇਂ ਲਾਈ ਨਾ ਬਹਾਨੇ ਤੇਰੀ ਮਾਈ ਉੱਤੇ ਮੈਨੂੰ ਸ਼ੱਕ ਹੈ ਰਕਾਨੇ ਤੇਰੀ ਮਾਈ ਉੱਤੇ ਮੈਨੂੰ ਸ਼ੱਕ ਹੈ ਰਕਾਨੇ ਫੈਮਿਲੀ ਗੁਆਚੀ ਸਾਡੀ ਸਾਨੂੰ ਬੜਾ ਦੁੱਖ ਫੈਮਿਲੀ ਗੁਆਚੀ ਸਾਡੀ ਸਾਨੂੰ ਬੜਾ ਦੁੱਖ ਲੋਕਾਂ ਨੂੰ ਤਾਂ ਬਸ ਗੱਲਾਂ ਹੀ ਥੇ ਆ ਗਈਆਂ ਚੁੱਪੇ ਵੀ ਨਾ ਚੀਜ਼ ਕੋਈ ਨੀ ਉਰਾ ਪਰਾ ਹੁੰਦੀ ਦੱਸ ਹੋਰ ਕਿਹੜਾ ਫੈਮਿਲੀ ਨੂੰ ਕੰਧਾ ਖਾ ਗਈਆਂ ਚੁੱਪੇ ਵੀ ਨਾ ਚੀਜ਼ ਕੋਈ ਨੀ ਉਰਾ ਪਰਾ ਹੁੰਦੀ ਦੱਸ ਹੋਰ ਕਿਹੜਾ ਫੈਮਿਲੀ ਨੂੰ ਕੰਧਾ ਖਾ ਗਈਆਂ ਚੱਕਣੀ ਓ
ਕੋਈ ਨਾ ਚੀਜ਼ ਕੋਈ ਨੀ ਉਰਾ ਪਰਾ ਹੁੰਦੀ ਦੱਸ ਹੋਰ ਕਿਹੜਾ ਫੈਮਲੀ ਨੂੰ ਕੰਦਾ ਖਾ ਗਈਆਂ ਖੇਡਣੀ ਨਾ ਇਹੋ ਜੀਆਂ ਚੀਜ਼ਾਂ ਨਾ ਜੋ ਅੱਖ ਸਾਡੇ ਤੇਰੀ ਮਨ ਕਰੋ ਕਿਸੇ ਨੂੰ ਚਕਾਈਆਂ ਬੜ ਬੜ ਕਰਦਾ ਕਹਿਲਾ ਬੁੜਾ ਆਪਣੇ ਸੀਰੀ ਦੇ ਘਰ ਪਹੁੰਚ ਜਾਂਦਾ ਹੈ ਇਹ ਸੀਰੀ ਕੋਲੋਂ ਫੈਮਲੀ ਬਾਰੇ ਇਸ ਤਰ੍ਹਾਂ ਪੁੱਛਦਾ ਹੈ ਨਾਜ਼ਰਾ ਤੈਨੂੰ ਪਤਾ ਸਾਡੇ ਘਰ ਕੀ ਵਿਪਤਾ ਪਈ ਹੈ ਤਿੰਨ ਦਿਨ ਹੋ ਗਏ ਨਾ ਕਿਸੇ ਨੇ ਰੋਟੀ ਖਾਧੀ ਹੈ ਨਾ ਕਿਸੇ ਨੇ ਚੁੱਲ੍ਹੇ 'ਚ ਅੱਗ ਪਾਈ ਹੈ ਸਾਰਾ ਘਰ ਪੱਟਤਾ ਸਾਰੇ ਟੱਬਰ ਦਾ ਫੂਸ ਹੋ ਗਿਆ ਫੌਜੀ ਨਾਲ ਤੇਰੀ ਚਿਰਾਂ ਤੁਹਾੜੀ ਹੈ ਕਿਤੇ ਫੌਜੀ ਤੈਨੂੰ ਤਾਂ ਨਹੀਂ ਫੈਮਲੀ ਫੜਾ ਗਿਆ
ਆਇਆ ਤੂੰ ਮੇਰੇ ਤੇ ਇਲਜ਼ਾਮ ਲਾ ਰਿਹਾ ਉਹ ਮੈਂ ਤਾਂ ਭਾਈ ਤੈਨੂੰ ਐ ਕਹਿੰਦਾ ਸੀ ਬਈ ਕਿਤੇ ਤੈਥੋਂ ਤਾਂ ਨਹੀਂ ਇੱਧਰ ਉੱਧਰ ਹੋ ਗਈ ਕੀ ਕਿਹਾ ਇੱਧਰ ਉੱਧਰ ਹੋ ਗਈ ਇਹਦਾ ਮਤਲਬ ਹੈ ਤੂੰ ਇਹ ਕਹਿ ਰਿਹਾ ਕਿ ਮੈਂ ਚੱਕੀ ਆ ਮੈਂ ਮੂਦਦਾ ਨਹੀਂ ਤੁਹਾਡੀ ਫੈਮਿਲੀ ਤੇ ਵਧੀਆ ਤੁਸੀਂ ਮੈਨੂੰ ਇਨਾਮ ਦਿੱਤਾ 10 ਸਾਲ ਹੋ ਗਏ ਤੁਹਾਡੇ ਨਾਲ ਰਲਦੇ ਨੂੰ ਤੁਹਾਡੀ ਕਦੇ ਸੂਈ ਨਹੀਂ ਚੁੱਕੀ ਓਏ ਮੈਂ ਤੈਨੂੰ ਐ ਥੋੜੋ ਕਹਿਣਾ ਨਾਜਰਾ ਬਈ ਤੂੰ ਚੁੱਕੀ ਐ ਹੋਰ ਕੀ ਕਹਿਣਾ ਵਿਹੜੇ ਜਾ ਕੇ ਮੇਰੀ ਬੇਇੱਜ਼ਤੀ ਕਰਦਾ ਐਦੋਂ ਤਾਂ ਗੋਲੀ ਮਾਰ ਦੇ ਸਰਦਾਰਾ ਲੈ ਅਸੀਂ ਗਰੀਬ ਜ਼ਰੂਰ ਆ ਪਰ ਬਾਬਾ ਜੀ ਅਸੀਂ ਫੈਮਿਲੀਆਂ ਦੇ ਭੁੱਖੇ ਨਹੀਂ ਓਏ ਤੂੰ ਤਾਂ ਉਈ ਲੋਹੀ ਲਾਖੀ ਹੋਈ ਜਾਨੀ ਆ ਭਾਈ ਮੈਂ ਤਾਂ ਸੁੱਤੇ ਪੁੱਛਿਆ ਸੀ ਆਹੋ ਆਹੋ ਚੰਗਾ ਜਲੂਸ ਕੱਢਿਆ ਤਾਂ ਸਾਡਾ ਚੰਗਾ ਨਾਮ ਦਿੱਤਾ ਸਾਰੀ ਉਮਰ ਦੀ ਕੀਤੀ ਕਰਾਈ ਦਾ ਚੱਲ ਬਾਪੂ ਕਿਉਂ ਇਹਨਾਂ ਦੇ ਮੂੰਹ ਲੱਗਦਾ ਤੂੰ ਮੂੰਹ ਤਾਂ ਤੁਸੀਂ ਲੱਗਦੇ ਹੋ ਚੋਰੀ ਦੇ ਇਲਜ਼ਾਮ ਲਾਉਂਦੇ ਹੋ ਸਾਡੇ ਤੇ ਓਏ ਹੋਰ ਫਿਰ ਤੇਰੇ ਨਾਲ ਹੀ ਫੌਜੀ ਦਾ ਸਹਿਜਾਰ ਸੀ ਨਾ ਤੇਰੇ ਬਿਨਾਂ ਫੈਮਿਲੀ ਕੌਣ ਲੈ ਗਿਆ ਓਏ ਲੈ ਲਈ ਮੈਥੋਂ ਲੈ ਲਈ ਫੈਮਿਲੀ ਵੱਡਾ ਖੱਬੀ ਖਾਨ ਘਰ ਆ ਕੇ ਮਾਰਦਾ ਦੱਬ ਕੇ ਬੇਈਮਾਨ ਤਾਂ ਆਪ ਹੋ ਗਿਆ ਨੀਤ ਤਾਂ ਤੇਰੀ ਫਿੱਟ ਗਈ ਫੈਮਿਲੀ ਤੇ ਲੁਕੋ ਕੇ ਫੈਮਿਲੀ ਦੂਜੇ ਸਿਰੇ ਇਲਜ਼ਾਮ ਮੜਦਾ ਅੱਛਾ ਫੈਮਿਲੀ ਮੈਂ ਚੱਕੀ ਐ ਮੈਂ ਬੇਈਮਾਨ ਹੋਇਆ ਤੇਰੀ ਉਹ ਭੈਣ ਦੀ ਗੱਲ ਸੋਚ ਸਮਝ ਕੇ ਕੱਟਿਓ ਜੱਟਾ ਤੇਰੀ ਇੱਥੋਂ ਲੋਥ ਜਾਉ ਲੋਥ ਓਏ ਚੇਤਿਆ ਚੱਲ ਘਰ ਨੂੰ ਬੋਲੀ ਦਾ ਨਹੀਂ ਹੁੰਦਾ ਲੈ ਜਾਨੇ ਵੜ ਦੂੰ ਮੇਰੇ ਸਾਲੇ ਨੂੰ ਓਏ ਜਾਣਦਾ ਤੈਨੂੰ ਸਾਲਾ ਨੰਗ ਫਿਰ ਨੰਗ ਦੇ ਕੀ ਫੇਰੇ ਦੇਣਾ ਆਇਆ ਸੀ ਆਪਦੀ ਨਿੱਕੀ ਦੇ ਤੇਰੀ ਉਹ ਭੈਣ ਦੀ ਤੇਰੀ ਦੀ ਤੇਰੀ ਦੀ ਯਾਰ ਚਾਬੇ ਮਾਰ ਤੇ ਮੈਂ ਪਿੱਟਾ ਹਾਏ ਮੈਂ ਮਾਰ ਤੇ ਮੈਂ ਓਏ ਚੇਤਿਆ ਓਏ ਓ ਨਜਰਾ ਓ ਨਾ ਓ ਚੇਤਿਆ ਓ ਨਾ ਓ ਨਾ ਓ ਤੇਰੀ ਵਾਰੀ ਮੈਂ ਮੈਂ ਚਾਬੇ ਮਾਰ ਤੇ ਵੇ ਕੋਈ ਨਾ ਓ ਫੈਮਿਲੀ ਤੇਰੇ ਤੋਂ ਕੱਟੂ ਸਾਇਆ ਤੇ ਤੋ ਲੈਣੀ ਆ ਫੈਮਿਲੀ ਤੇ ਤੋ ਲਊ ਓਏ ਓਏ ਆਵੇ ਲੈਲੀ ਲੰਬੜਦਾਰੀ ਭੁੰਨਣਿਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਇਹ ਜੱਟ ਕਿਸੇ ਦੇ ਮਿੱਤ ਨਹੀਂ ਹਾਏ ਕੋਈ ਨਾ ਆਉਂ ਤੇਰੇ ਕੰਮ ਤੇ ਦੇਖੂ ਤੈਨੂੰ ਓ ਜੇ ਬੰਦੇ ਦਾ ਪੁੱਤ ਹੈ ਹਿਸਾਬ ਕਰ ਲੈ ਸਾਰਾ ਹਿਸਾਬ ਕੋਈ ਨਾ ਲੈਲੀ ਸਾਲਾ ਟਾਵੇਂ ਕਿਵੇਂ ਹੰਕਾਰਿਆ ਫਿਰਦਾ ਦੀ ਦੜਕਿਆ ਹੋਇਆ ਜੱਟ ਬੇ ਹੁਣ ਖਾ ਕੇ ਜੁੱਤੀਆਂ ਘਰੀ ਨਾ ਬੈਠਾ ਰਹੀ ਬੇ ਦਾਵਾ ਕਰਦੇ ਦਾਵਾ ਫੂਕਦੇ ਹੁਣ ਦਿਖਾਉ ਤੈਨੂੰ ਜੋਗ ਦਾ ਘਰ ਸਾਲਾ ਦਾਰੂ ਵੇਚਣਾ ਭੁੰਨਣਾ ਸਾਰਾ ਝੁੱਗਾ ਪਾੜ ਗਿਆ ਪਲੇਗ ਦੇ ਜਾਣਾ ਚੱਲ ਨੀ ਮੇਰੇ ਸਾਲੇ ਦੀ ਬੈਠ ਸਾਈਕਲ ਤੇ ਦਾਵਾ ਕਰਕੇ ਆਈਏ ਚੱਲ ਚਲੋ ਕੁੜੇ ਅੰਮਾ ਕਿੱਡਾ ਨੇਰ ਸਾਈ ਦਾ ਬੂ ਨੀ ਐਨ ਪੁੱਤਿਆਂ ਦੀ ਫੈਮਿਲੀ ਦੇ ਕਿਹੜਾ ਪੈਰ ਲੱਗੇ ਸੀ ਜਿਹੜੀ ਉਹ ਤੁਰਕੇ ਵਗੀ ਕਿਸੇ ਨੇ ਤਾਂ ਜ਼ਰੂਰ ਚੱਕੀ ਐ ਤੈਨੂੰ ਕਿਸੇ ਦੇ ਸੱਕ ਐ ਅੰਮਾ ਜੀ ਨੱਕ ਤਾਂ ਹੁਣ ਕਿੱਥੇ ਰਹਿ ਗਿਆ ਨੀ ਨੱਕ ਨੀ ਸ਼ੱਕ ਸ਼ੱਕ ਤਾਂ ਪੁੱਤੀ ਦੁਰਗੀ ਤੇ ਐ ਇੱਕ ਵਾਰੀ ਪਤਾ ਲੱਗ ਜੇ ਕੰਜਰੀ ਦੀਆਂ ਖਾਖਾਂ ਪਾੜ ਤੂੰ ਲੰਡਰ ਚੁਗਲੋ ਦੀਆਂ ਇਹਦੇ ਚੱਟੇ ਤਾਂ ਦਰਖਤ ਨੀ ਹਰੇ ਹੋਏ ਭਾਈਆਂ ਪਿੱਟੀ ਜਿੱਥੇ ਜਾਂਦੀ ਐ ਭੂਰੀ ਕੀੜੀ ਫੇਰ ਦਿੰਦੀ ਆ ਜਿਹਦੇ ਮੱਥੇ ਲੱਗ ਜੇ ਉਹਨੂੰ ਰੋਟੀ ਨਸੀਬ ਨੀ ਹੁੰਦੀ ਨੀ ਜਾਣਦੇ ਜਾਣਦੇ ਲੁਚੜੇ ਬਾਰਾਂ ਤਾਲੀਏ ਨੀ ਬੇਚਰੇ ਤੇਰੇ ਨਾਲ ਤਾਂ ਘੱਟੇ ਆ ਨੀ ਤੂੰ ਆਪਦਾ ਖਸਮ ਛੱਡ ਕੇ ਦਿਓਰ ਕਰੀ ਫਿਰਦੀ ਐ ਸੜੀ ਹੋਈ ਉੱਲੀ ਵਾਲੀ ਨੀ ਆਪਦੇ ਘਰੇ ਜਾ ਕੇ ਲੜੋ ਅਸੀਂ ਤਾਂ ਭਾਈ ਪਹਿਲਾਂ ਹੀ ਤੰਗ ਆ ਟਕੀਰੇ ਆਪਣੇ ਪਰਦੇ ਖਲਾਵੇਂਗੀ ਨੀ ਮੈਂ ਤਾਂ ਸਖਾ ਦਿਓਰ ਕੀਤਾ ਹੈ ਤੈਂ ਬੈਚਰੇ ਤੀਜੇ ਥੋਂ ਜਾ ਕੇ ਇੱਕ ਪੂਰਾ ਠੇਕੇਦਾਰ ਕਰਿਆ ਨੀ ਛੱਜ ਤਾਂ ਬੋਲੇ ਸਾਲਨੀ ਕੀ ਬੋਲੇ ਜੀ ਤੇ 3200 ਛੇਦ ਨੇ ਨੀ ਹੋਰ ਸੁਣ ਲੈ ਨੀ ਬੈਲੀਆਂ ਦੇ ਨਾਜਰ ਨਾਲ ਸਾਈਕਲਾਂ ਤੇ ਚੜ ਚੜ ਜਾਂਦੀ ਸੀ ਨਿੱਤ ਨੀ ਮੈਂ ਤਾਂ ਜਾਵਾਂਗੀ ਲਾ ਲਾ ਜੋਰ ਬਜਾ ਲਾ ਢੋਲ ਨੀ ਟੇਕੀ ਨਾਜਰ ਦੀ ਬਾਂਝ ਕਿਥੇ ਥਾਂ ਦੀ ਮੈਂ ਤਾਂ ਕਹਿੰਦੀ ਆ ਪੁੱਤੀਏ ਤੂੰ ਵੀ ਮੇਰੇ ਵਰਗੀ ਹੋ ਜੇ ਨੀ ਮੇਰੇ ਤੇ ਕਿਉਂ ਸ਼ੱਕ ਕਰਦੀ ਐ ਨੀ ਮੈਂ ਕੀ ਤੁਹਾਡੀ ਫੈਮਿਲੀ ਫੂਕਣੀ ਐ ਨੀ ਬੈਚਰੇ ਨੀ ਤੂੰ ਬੋਲਣ ਨੂੰ ਕੀ ਮਰਦੀ ਐ ਨੀ ਤੇਰੇ ਗੁਰਦੁਆਰੇ ਤਾਂ ਆਨੰਦ ਹੋਏ ਤੇ ਮੇਰੇ ਤਾਂ ਹੁਣ ਵੀ ਹੋਣਗੇ ਸੱਜਣ ਮਾਸਟਰ ਨਾ ਕਰਾਉਂ ਲਿੱਦੜ ਵਾਲੇ ਨਾਲ ਨੀ ਮਾਰ ਕੇ ਸੁਕੜੋ ਦੇ ਡੰਡਲ ਪਾ ਦੂ ਨੀ ਤੁਸੀਂ ਵਾਧਾ ਨਾ ਵਧਾਓ ਵੀਰ ਨੀ ਨਿਕਲੋ ਮਾਰੀ ਜੇ ਖਲਪਾੜ ਆ ਜਿਹੜਾ ਤੋਰੀ ਵਾਂਗੂ ਲੰਕ ਦਾ ਨਕੌੜਾ ਅੰਦਰ ਵਾੜ ਦੂੰਗੀ ਨੀ ਜਾਦੇ ਨਾ ਬੋਲ ਸੁਕੜੋ ਦੇ ਚਾਰ ਬੁਰਕੀਆਂ ਕਰੂ ਨਾਲੇ ਬੈਚਰੇ ਚਾਹੇ ਬਾਅਦ ਚ ਉਲਟੀ ਕਰਨੀ ਪਵੇ ਮੈਂ ਕਹਿੰਦੀ ਆ ਨੀ ਦੁਰਗੀ ਬੈਲ ਸੇ ਨੀ ਤੇਰੇ ਸੱਤੇ ਦੇ ਸੱਤੇ ਪੁੱਤ ਮਰ ਜਾਣ ਨੀ ਤੇਰੇ ਨੀ ਪਿੱਟਾ ਭਾਈਆਂ ਨੂੰ ਖਾ ਜਾ ਤੂੰ ਮੈਂ ਤੈਨੂੰ ਖਾ ਜਾ ਮਾਰ ਤੇ ਮੈਂ ਤੇਰਾ ਭਾਈ ਜੇ ਮਾਰ ਤੇ 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 ਮਾਰ ਤੇ
ਮੇਰਾ ਗਨਾਸਾ ਓਏ ਉਹ ਗਨਾਸਾ ਮੇਰਾ ਕਿੱਥੇ ਆ ਵੇ ਫੜ ਲੋ ਇਹਨੂੰ ਕਿੱਦਣ ਦੀ ਹੰਕਾਰੀ ਫਿਰਦੀ ਹੈ ਬੈਤਲ ਮਾਰੇ ਜਮਰੇ ਦੇ ਰਲਕਾ ਭੱਜ ਗਿਆ ਨਹੀਂ ਭੱਜ ਲਾ ਗਿਰ ਗਿਆ ਨਹੀਂ ਮੱਤ ਜਾ ਜੇ ਬੱਚਾ ਜਾਂਦਾ ਭੱਜ ਲਾ ਨੀ ਹਾਏ ਕੱਲੇ ਕੱਲੇ ਨਾਲ ਨਿਬੜੂੰਗੀ ਤੁਹਾਡੇ ਨਾਲ ਹਾਂ ਸਰਪੰਚ ਤੇ ਨਹੀਂ ਜਾਂਦੀ ਸਿੱਧੀ ਠਾਣੇ ਜਾਊਂਗੀ ਹਾਏ ਮਾਰ ਕੇ ਗਨਾਸਾ ਸਿਰ ਪਾੜਤਾ ਹਾਏ ਲਿਆਉਣੀਆਂ ਠਾਣੇ ਵਾਲਿਆਂ ਨੂੰ ਹਾਏ ਦੁਆਪਲੀ ਤੇ ਸੁਨਾਰੇ ਨੂੰ ਲੈ ਕੇ ਆਊਂਗੀ ਨਾਲ ਨਾਲ ਵਧੀਆ ਹੋਇਆ ਹੁਣ ਇਹਦਾ ਮਹੀਨਾ ਲੰਘ ਜੂ ਕੇਰਾ ਸੇਰੋ ਬੱਸ ਵਾਲਿਆਂ ਨੇ ਕਿਰਾਏ ਪਿੱਛੇ ਲੜਤੀ ਰਿੰਪੀ ਗਰੇਵਾਲ ਨੇ ਚੰਗੀ ਸੁਲਕੀ ਦੀ ਦੋ ਮਹੀਨੇ ਸੁਨਾਮ ਨੀ ਬੜੀ ਮੁੜ ਕੇ ਪਖੰਡੀ ਸਾਹ ਤੋਂ ਇਸ ਤਰ੍ਹਾਂ ਪੁੱਛਿਆ ਲਾ ਰਹੀ ਹੈ ਕਸ਼ਟ ਕਲੇਸ਼ ਮਟਾਉਂਦਾ ਬਾਬਾ ਵੈਦ ਰੋਗੀਆਂ ਦਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਸੁੱਤੀਆਂ ਗਲਾਂ ਜਗਾਉਂਦਾ ਬਾਬਾ ਵੈਦ ਰੋਗੀਆਂ ਦਾ ਵਿਛੜੇ ਆਣ ਮਲਾਉਂਦਾ ਬਾਬਾ ਵੈਦ ਰੋਗੀਆਂ ਬਾਬਾ ਪੂਰਾ ਜਾਣੋ ਜਾਣੀ ਇਹ ਤਾਂ ਲੱਭਦਾ ਚੀਜ਼ ਪੁਰਾਣੀ ਬਾਬਾ ਸਾਰੇ ਦੁੱਧ ਤੋਂ ਪਾਣੀ ਹੋਵੇ ਜੱਟੀ ਚਾਹੇ ਸਠਾਣੀ ਮਿਲਦੇ ਹਾਣ ਨੂੰ ਹਾਣੀ ਬਾਬਾ ਵੈਦ ਰੋਗੀਆਂ ਦਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਬੋਲੋ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਬੋਲੋ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ ਆਹੀ ਹੈ ਡੇਰਾ ਆ ਜਾ ਛੀੜੇ ਹੈ ਨਹੀਂ ਮੇਰੇ ਮਗਰੇ ਆ ਜਾ ਜੁੱਤੀ ਲਾ ਦੇ ਇੱਥੇ ਸਮਾਧੀ ਖੁੱਲੀ ਹੈ ਬਾਬਿਆਂ ਦੀ ਜੈ ਕਾਲੀ ਕਲਕੱਤੇ ਵਾਲੀ ਤੇਰਾ ਵਾਰ ਨਾ ਜਾਏ ਖਾਲੀ ਜੈ ਪੈਰੋਂ ਜੈ ਪੋਲੇ ਓ ਆ ਜਾ ਬੀਬੀ ਕੋਲੇ ਜਿਹਦੇ ਘਰ ਵਾਲੇ ਦਾ ਮੋਢਿਆਂ ਵਿੱਚੋਂ ਦੀ ਸਿਰ ਨਿਕਲਿਆ ਕੰਧ ਚ ਮੋਰੀ ਹੈ ਘਰੇ ਕਲੇਸ਼ ਰਹਿੰਦਾ ਗੁਆਚੀ ਸ਼ੈ ਲੱਭਦੀ ਨੀ ਦੂਰ ਹੋ ਜਾ ਮਾਤਾ ਦੂਰ ਸੰਤ ਪੈਰੀ ਹੱਥ ਨਹੀਂ ਲਵਾਉਂਦੇ ਇਹ ਆਪਣੀਆਂ ਰਿਧੀਆਂ ਸਿਧੀਆਂ ਨਾਲ ਸਿੱਧੇ ਪਾਸੇ ਨੂੰ ਪੁੱਠਾ ਤੇ ਪੁੱਠੇ ਪਾਸੇ ਨੂੰ ਸਿੱਧਾ ਕਰ ਦਿੰਦੇ ਨੇ ਇਹ ਆਪਣੀ ਅਪਰੰਪਾਰ ਸ਼ਕਤੀ ਨਾਲ ਗੁੰਗੇ ਤੋਂ ਵੀ ਚਮਕੀਲੇ ਦੇ ਗੀਤ ਗਵਾ ਸਕਦੇ ਨੇ ਬਾਬਾ ਬੜੇ ਦੁਖੀ ਨੇ ਵਿਚਾਰੇ ਇਹਨਾਂ ਦੀ ਫੈਮਿਲੀ ਕੋਈ ਚੱਕ ਕੇ ਲੈ ਗਿਆ ਇਸ ਵਿਚਾਰੀ ਦੀ ਡੂਦੀ ਵੇੜੀ ਪਾਰ ਲੰਘਾਓ ਓਮ ਚਮੰਡੇ ਕਮੰਡੇ ਅਮੰਡੇ ਦਮੰਡੇ ਬਾਬਾ ਜੀ ਮੁੰਡੇ ਤਾਂ ਮੇਰੇ ਦੋ ਨੇ ਮੁੰਡਾ ਨੀ ਚਾਹੀਦਾ ਇਹ ਤਾਂ ਮੰਤਰ ਮਾਰਦੇ ਨੇ ਤੂੰ ਚੁੱਪ ਕਰ ਬੀਬੀ ਬੜੀ ਕਠਿਨ ਤਪੱਸਿਆ ਇੱਕ ਖੇਜ ਜਾਂ ਕੰਬਲ ਦਾ ਦਾਨ ਕਰਨਾ ਪਊ ਤੇਰਾ ਦਿੱਤਾ ਦਾਨ ਅਸੀਂ ਅਗਲੀ ਦਰਗਾਹ ਚ ਡਰਾਈ ਕਲੀਨ ਕਰਕੇ ਵਾਪਸ ਕਰ ਦਿਆਂਗੇ ਇਹਨੂੰ ਉੱਚਾ ਸੁਣਦਾ ਮਹਾਰਾਜ ਜੋ ਮਰਜ਼ੀ ਹੁਕਮ ਕਰੋ ਬੀਬੀ ਕੱਲ ਨੂੰ ਫੈਮਿਲੀ ਤੇਰੇ ਕੋਲ ਹੋਊ ਜੇ ਨਾ ਹੋਈ ਬਾਬਾ ਜੀ ਫੇਰ ਤਾਂ ਫਿਰ ਸਾਡੇ ਕੋਲ ਹੋਊ ਆਇਆ ਨੂੰ ਨਾ ਖਾਲੀ ਮੋੜਾ ਬੀਬੀ ਮੈਂ ਜਿਹੜੇ ਦੁੱਖ ਨਾ ਟੁੱਟਦੇ ਉਹ ਦੁੱਖ ਤੋੜਾਂ ਬੀਬੀ ਮੈਂ ਮੇਰੀ ਭਗਤੀ ਮੇਰੀ ਭਗਤੀ ਮੇਰੀ ਭਗਤੀ ਸ਼ਕਤੀ ਜਾਨ ਬਚਾ ਜੂਗੀ ਤੁਹਾਡੀ ਜਾਨ ਬਚਾ ਜੂਗੀ ਤੁਹਾਡੀ ਇੱਕ ਬੋਤਲ ਮੁਰਗਾ ਲਿਆ ਜੋ ਜੀ ਜਿੱਥੇ ਆ ਜੂਗੀ ਤੁਹਾਡੀ ਇੱਕ ਬੋਤਲ ਮੁਰਗਾ ਲਿਆ ਜੋ ਜੀ ਜਿੱਥੇ ਆ ਜੂਗੀ ਤੁਹਾਡੀ ਆਹ
ਕੁੜੀ ਨੂੰ ਵੀ ਪੁੱਛ ਲਿਆ ਉਹ ਕਹਿੰਦਾ ਹੈ ਨੀ ਗੀ ਗੋਹੇ ਵਾਲੀ ਪੁੱਛੀ ਉਹ ਵੀ ਕਹਿੰਦੀ ਮੈਂ ਨੀ ਗੀ ਗੋਹੇ ਵਾਲੀ ਪੁੱਛੀ ਉਹ ਵੀ ਕਹਿੰਦੀ ਮੈਂ ਨੀ ਗੀ ਲੈਤਾ ਨੀ ਕਿਤੇ ਗਈ ਕੁੜਮਣੀ ਕਾਲੋ ਬਾਬਾ ਜੀ ਕੁੜਮਣੀ ਕਾਲੋ ਬਾਬਾ ਜੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਜਿਵੇਂ ਜਿਵੇਂ ਮੈਂ ਅੱਖਾਂ ਜਾ ਕੇ ਉਹੀ ਤੂੰ ਕਰਦੇ ਬਸੋ ਇੱਕ ਰੁਪਈਆ ਪਹਿਲਾਂ ਧੂਣੇ ਤੇ ਤਰਦੇ ਬਸੋ ਇੱਕ ਰੁਪਈਆ ਪਹਿਲਾਂ ਧੂਣੇ ਤੇ ਤਰਦੇ ਆਥਣ ਤੱਕ ਹੀ ਆਥਣ ਤੱਕ ਹੀ ਆਥਣ ਤੱਕ ਹੀ ਸਭ ਤਾਣੀ ਸਲ ਜਾਜੂਗੀ ਥੋਡੀ ਸਲ ਜਾਜੂਗੀ ਥੋਡੀ ਇੱਕ ਬੋਤਲ ਮੁਰਗਾ ਲਿਆ ਦੇ ਚੀਜ਼ ਤੇ ਆਜੂਗੀ ਥੋਡੀ ਇੱਕ ਬੋਤਲ ਮੁਰਗਾ ਲਿਆ ਦੇ ਚੀਜ਼ ਤੇ ਆਜੂਗੀ ਥੋਡੀ ਫੈਮਿਲੀ ਸਾਡੀ ਮੈਂ ਤਾਂ ਖੁਸ਼ੀ ਨਾਲ ਫੁੱਲਾਂ ਤੁਸੀਂ ਗਊ ਗਾਰ ਚੋਂ ਤੁਸੀਂ ਗਊ ਗਾਰ ਚੋਂ ਤੁਸੀਂ ਗਊ ਗਾਰ ਚੋਂ ਕੱਢੋ ਪੁੰਨ ਕਮਾ ਲਓ ਬਾਬਾ ਜੀ ਪੁੰਨ ਕਮਾ ਲਓ ਬਾਬਾ ਜੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਬਿਨ ਬੂਆ ਤੋਂ ਮਸਲਾ ਹੁੰਦਾ ਹੱਲ ਨਹੀਂ ਬੀਬਾ ਬਿਨ ਬੇਟਾ ਤੋਂ ਦੇਵਤ ਕਰਦੇ ਗੱਲ ਨਹੀਂ ਬੀਬਾ ਬਿਨ ਬੇਟਾ ਤੋਂ ਦੇਵਤ ਕਰਦੇ ਗੱਲ ਨਹੀਂ ਬੀਬਾ ਆਖੇ ਚੰਦਰਾ ਆਖੇ ਚੰਦਰਾ ਆਖੇ ਚੰਦਰਾ ਚਹਿਲ ਫੈਮਿਲੀ ਆਜੂਗੀ ਥੋਡੀ ਫੈਮਿਲੀ ਆਜੂਗੀ ਥੋਡੀ ਇੱਕ ਬੋਤਲ ਮੁਰਗਾ ਲਿਆ ਜੋ ਜੀ ਜਿੱਥੇ ਆਜੂਗੀ ਥੋਡੀ ਇੱਕ ਬੋਤਲ ਮੁਰਗਾ ਲਿਆ ਜੋ ਜੀ ਜਿੱਥੇ ਆਜੂਗੀ ਥੋਡੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਸਾਡੀ ਫੈਮਿਲੀ ਗਈ ਗੋਆ ਤੇ ਜੇ ਰਾਤ ਤੁਸੀਂ ਪਾਲੋ ਬਾਬਾ ਜੀ ਫੈਮਿਲੀ ਲੱਭ ਗਈ ਵੇ ਫੈਮਿਲੀ ਲੱਭ ਗਈ ਵੇ ਫੈਮਿਲੀ ਲੱਭ ਗਈ ਵੇ ਬਾਪੂ ਜੀ ਫੈਮਿਲੀ ਲੱਭ ਗਈ ਸਿਮਲੋ ਜਲਾਹੀ ਕਹਿੰਦੀ ਸੀ ਬੰਦੇ ਨੂੰ ਹਾਰਨਾ ਨਹੀਂ ਚਾਹੀਦਾ ਇਹ ਤਾਂ ਸਾਰਾ ਬਾਬੇ ਡਿਸਕੋ ਨਾਲ ਦੀ ਕਰਾ ਮਾਤਾ ਭੈਣੇ ਪਾਪੇ ਓ ਬਾਬੇ ਫੈਮਿਲੀ ਲੱਭ ਗਈ ਓਏ ਓ ਫੈਮਿਲੀ ਲੱਭ ਗਈ ਆਪਣੀ ਫੈਮਿਲੀ ਲੱਭ ਗਈ ਹਾਏ ਹਾਏ ਬਾਬਾ ਛੇਤੀ ਆਇਆ ਫੈਮਿਲੀ ਲੱਭ ਗਈ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਦੇਖ ਲੈ ਅੰਮਾ ਜੀ ਅੱਜ ਹੀ ਦਿਖਾਤੀ ਕਰਾ ਮਾਤ ਧੰਨ ਧੰਨ ਬਾਬਾ ਡਿਸਕੋ ਨਾਥ ਜੀ ਸ਼ੁਕਰ ਹੈ ਵਾਹਿਗੁਰੂ ਦਾ ਲਿਆ ਬਲਵੀਰ ਕੁਰੇ ਦੇਖੀਏ ਫੈਮਿਲੀ ਹੈਂ ਓਏ ਨਿੱਕੀ ਜੀ ਤਾਂ ਚੀਜ਼ ਹੈ ਮੰਨਦਾ ਬਲਵੀਰ ਕੁਰ ਨੂੰ ਲੈ ਫੜ ਓਏ ਦੇਖ ਚੇਤਿਆ ਮੈਨੂੰ ਤਾਂ ਦੀਨਾ ਘੱਟ ਹੈ ਲਿਆ ਓਏ ਤਾਂ ਬਾਪੂ ਦੀ ਫੋਟੋ ਹੈ ਓਏ ਤਾਂ ਰਾਸ਼ਨ ਕਾਰਡ ਹੈ ਫਿੱਟੇ ਨੂੰ ਤੇਰੇ ਖਰਨੇ ਦੀ ਬੇਚਾਰਦਾਰੀਆ ਵੇ ਮੇਰੇ ਤੇ ਹੱਥ ਚੱਕਿਆ ਤਾਂ ਲੈ ਹੁਣ ਮਾਰ ਫੇ ਤੂੰ ਹੈ ਤੇਰੀ ਨੀ ਮਾਂ ਦੀ ਤੇਰੀ ਦੀ ਦੇ ਮੇਰੀ ਮਾਂ ਦਾ ਸਿਵਾ ਕਿਉਂ ਥਲਦਾ ਤੇਰੀ ਮਾਂ ਤਾਂ ਇੱਥੇ ਨੇੜੇ ਆ ਬਾਪੂ ਚੁੱਪ ਕਰ ਤੂੰ ਬੇਟੇ ਕਿਵੇਂ ਦੇ ਚਾਰ ਸਾਲ ਸਾਲ ਚ ਜੇ ਮਾਰੀ ਨਾ ਡਾਂਗ ਸਿਰ ਪਾੜ ਦੂੰ ਆ ਜਾ ਕੰਜਰਾ ਲਾ ਹੱਥ ਤੇਰੇ ਦੋ ਤਰ੍ਹਾਂ ਪਾੜ ਕੇ ਪੱਟਾ ਤੇਰੀ ਦਾੜੀ ਮਲੰਗ ਦੀ ਖੜ ਜਾ ਤੇਰੀ ਬੂ ਮਾਰਤੀ ਵੇ ਹਾਇੜਾ ਵਰਗੀ ਵੇ ਬਾਪੂ ਸ਼ਰਮ ਕਰੋ ਇਸ ਉਮਰ ਚ ਲੜਦੇ ਭਲਾ ਤੁਸੀਂ ਸੋਹਣੇ ਲੱਗਦੇ ਹੋ ਬੇਬੇ ਤੂੰ ਚੁੱਪ ਕਰ ਇਹ ਤਾਂ ਹੈ ਜਿਹਾ ਜਿਹਾ ਹੈਗਾ ਬਾਪੂ ਹਟ ਜੋ ਸ਼ਿਮਲੋ ਜਲਾਹੀ ਕਹਿੰਦੀ ਸੀ ਕਲੇਸ਼ ਤਾਂ ਮਾੜੇ ਦਿਨਾਂ ਦੀ ਨਿਸ਼ਾਨੀ ਆ ਹਾਏ ਨੀ ਮੈਨੂੰ ਨੂਹਾ ਸਾਹਮਣੇ ਕੁੱਟਿਆ ਹਾਏ ਬਚਦੀ ਨੀ ਮੈਂ ਤਾਂ ਮਰੂਗੀ ਜਾ ਮਰ ਜਾ ਫਿਰ ਕੀ ਦੇ ਸੁਣਾ ਹੁੰਦਾ ਹਾਏ ਵੇ ਮੈਂ ਤਾਂ ਤੇਰੇ ਸਿਰ ਚੜ ਕੇ ਮਰੂ ਵੇ ਲੰਡਰਾ ਵੇ ਦੇਖਤਾ ਸਹੀ ਕਿਵੇਂ ਬੈਣ ਪਾਉਂਦੀ ਆ ਭਾਈਆਂ ਪਿੱਟੀ ਚਲਾਤਰੋ ਹਾਏ ਤੇਰੀ ਮਾਂ ਚਲਾਤਰੋ ਨੀ ਤੇਰੀ ਮਾਂ ਦਾ ਵੇੜਾ ਬੈਠਿਆ ਜੇ ਇਹੋ ਜਿਹੀ ਕਰਤੂਤ ਦੀ ਮਾਲਕ ਹੈ ਤਾਂ ਹੀ ਤਾਂ ਛਿੱਤਰ ਖਾਨੀ ਹੈ ਨੀ ਮੇਰੀ ਮਾਂ ਨੇ ਤੁਹਾਡਾ ਕੀ ਬੁਰਾ ਕਰਤਾ ਵੀ ਤੁਹਾਡਾ ਘਰ ਭਰਤਾ ਸਾਰਾ ਮੇਰੀ ਮਾਂ ਤਾਂ ਤੁਹਾਡਾ ਹੁਣ ਤੱਕ ਫੁੱਕਣਾ ਫੁੱਕਦੀ ਆਈ ਹੈ ਹੁਣ ਤੱਕ ਹਾਂ ਕਾਲੋ ਚੱਕਦੀ ਆ ਝੋਲਾ ਤਨੌਲਿਓ ਠੂ ਈਰਵਾਲ ਨੀ ਖਾਲੀ ਝੋਲਾ ਲੈ ਕੇ ਆਉਂਦੀ ਆ ਭਰ ਕੇ ਲੈ ਜਾਂਦੀ ਆ ਭਰ ਕੇ ਲੈ ਜਾਂਦੀ ਆ ਤੇਰੇ ਖਸਮ ਦਾ ਕਾਲਜਾ
तेरे नी पिट्टा पाइया नू आओ रा तेनू दवा मैं पता आ जा तेरे हरामड़े पाकिस्तान कोड़ी खेती हुई है मैं ता ले आ देख मोरनी पट ते आ जा नहीं खड़ जा बनिया मोरनी दी बुढ़े तो नी तू लौट आंदी मैं कर दिया तेरी सरबसर हरामड़ किसे थौंदी हाय तेरे नी पिट्टा पाइया नू आओ रा हाय हाय आज ते कुत्ते ने दिए हाय 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 मार दी हाय फैमिली ते डाके पैगे वे तेरी फैमिली ने हट कटवा दे वे जोरा अपने घर की नजर पानी लिया दे सफर तो आया पानी पिला दे भाई मेरी फैमिली तो आ सी छोटी बहू फैमिली निकल आई नी तू है फैमिली ओ सॉरी पैदा दसे ने भी फैमिली मेनू कहंदे है मेनू की पता सी भी फैमिली मेनू कहंदे ने ओ फौजिया ओ तै सानू दसे नी भी अपनी फौजण फैमिली है ओए अनपढ़ लाणिया अंग्रेजी च फैमिली घर वाली नु कहंदे आ What? नहीं अम्मा जी बहू नू फैमिली कहंदे ने मैनू तां पुत्तखणियां दा अज पता लग गया है चाची फैमिली निकल आई चाचा साडी फैमिली सासी वे हटो परे वे माई तां आईदी फैमिलियां आईदी आजो ठाणेदार साहब आज आ ती कहले बुढ़े ककर इन्हां दे बच्चे बच्चे ने कुटियां में इनकी आ बहू ने मेरा झाड़ू मारिया वे मत्था लाउंदा आ जा नाजरा तू क्यों पुलिस ले आया मैनू कहंदे फौजिया तू साडी फैमिली चक्की आ अच्छा अच्छा यही रफड़ है थानेदार साहब ये सब मेरी अनपढ़ता करके होया मैनू फौज च क्वार्टर लाट हो गया सी सो मैं चिट्ठी लिख के अपनी फैमिली मंगवा ली जदों वेख्या इन्ने दिन हो गए कोई आया क्यों नहीं मैं एक दिन की छुट्टी लैके आया इन्हां चों किसी का कोई कसूर नहीं बस अनपढ़ता का कसूर है ठीक है ये चक्कर है मैं सोचा भी जिद वैस होने हैं पर फिर भी तुसीं इन्हां दी कुटमार कीती है तुहानूं माफ़ी मंगनी पएगी माफ़ी मंगन का हकदार मैं हाँ क्योंकि कसूर मेरा है मैं घर च पढ़िया लिखिया होने के बावजूद भी इन्हां नूं पढ़ा ना सकिया फौजी साहब साखरता वालिया ने हर पिंड विच स्कूल खोले ने तुहाडे पिंड दी थाई विच भी रोज पढ़ाउण आउंदे ने बच्चे तो लैके 80 सालां दे बजुर्ग पढ़न आउंदे ने हाँ मैं जदों भी 2 महीने छुट्टी आया तां इन्हां नूं पढ़ावांगा पिंडां दे विच जो भी कोई पढ़े लिखे नौजवान ने उहनां नूं चाहीदा है कि अनपढ़ां नूं पढ़ाउण फिर साडे देश विच खुशहाली आ सकती है साहब मैं माफ कर दिनी हूं तुसी भी इन्हां माफ कर दो चलो नी चलो आप भी पढ़िए नहीं हुण क्यों लड़िए नहीं लड़िए नहीं पढ़िए पढ़िए अच्छा अच्छा नहीं बलवीर कुरे
ਆ ਮੇਰੇ ਵੀ ਪਰੌਂਠੇ ਲਾ ਦੇ, ਮੈਂ ਵੀ ਜਾਣਾ ਪੜਨ। ਵੇ ਆਪਾਂ ਤਾਂ ਅੱਧੀ ਛੁੱਟੀ ਆ ਕੇ ਖਾ ਜਾਵਾਂਗੇ। ਸੂਝਵਾਨ ਸੱਜਣੋ, ਜਿਸ ਤਰ੍ਹਾਂ ਕੀ ਅੱਜ ਕੱਲ ਸਰਕਾਰ ਵੱਲੋਂ ਸਾਖਰਤਾ ਮੁਹਿੰਮ ਪੂਰੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ, ਉਸ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਇਹ ਕਹਾਣੀ ਆਪ ਸਭ ਦੇ ਅੱਗੇ ਬਿਆਨ ਕੀਤੀ ਹੈ। ਆਓ ਸੱਜਣੋ ਸਾਰੇ ਰਲ ਕੇ ਹਮਲਾ ਮਾਰੀਏ, ਤਾਂ ਕਿ ਇਸ ਅਨਪੜਤਾ ਦੀ ਬਿਮਾਰੀ ਨੂੰ ਸਮਾਜ ਵਿੱਚੋਂ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। Thank you.
ਬੱਚਿਆਂ ਤੋਂ ਬੱਚਿਆਂ ਦਾ ਹੱਥ ਖੋਣ ਵਾਲੀ ਮਾੜੀ ਕਰਤੂਤ ਮੇਰਾ ਪਾਪ ਹੁੰਦੀ ਆ ਮੇਰਾ ਪਾਪ ਹੁੰਦੀ ਆ ਖੁਦ ਪੜੋ ਹੋਰਾਂ ਨੂੰ ਪੜਾਓ ਦੋਸਤੋ ਸੱਜਿਆਂ ਨੇ ਪਾਣੀ ਤਾਂ ਸਿਰਾ ਪੁੰਦੀ ਆ ਖੁਦ ਪੜੋ ਹੋਰਾਂ ਨੂੰ ਪੜਾਓ ਦੋਸਤੋ ਸੱਜਿਆਂ ਨੇ ਚੱਲ ਮੇਰੀ ਫੈਮਿਲੀ ਤੈਨੂੰ ਤਾਂ ਮੈਂ ਉੱਥੇ ਖੁਦ ਹੀ ਪੜਾਵਾਂਗਾ ਸਿਮਲੋ ਜਲਾਹੀ ਕਹਿੰਦੀ ਸੀ ਫੌਜੀ ਤਾਂ ਵਾਲੀ ਚੰਗੇ ਹੁੰਦੇ ਨੇ ਭੋਲੇ ਭਾਲੇ ਦਿਲਾਂ ਦੇ ਸਾਫ ਰੱਬ ਵਰਗੇ ਬੇ ਇੱਕ ਵਾਰੀ ਕਹਦੇ ਫੈਮਲੀ ਕਿਉਂ ਜਾਨ ਦੁੱਖਾਂ ਵਿੱਚ ਪਾਈ ਅਸੀਂ ਧਨਵਾਦੀ ਹਾਂ ਗੁਰਚੇਤ ਚਿੱਤਰਕਾਰ ਸੁਖਵਿੰਦਰ ਮਹਿਬੂਬ ਗੁਰਲਾਭ ਸਿੰਘ ਉੱਭਾ ਗਏ ਸੁਖਵਿੰਦਰ ਚਹਿਲ ਚੰਦਰਾ ਪ੍ਰਕਾਸ਼ ਸਿੰਘ ਬੜੁੱਖਾ ਬਾਵਾ ਸਿੰਘ ਬੜੁੱਖਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕਿਸ਼ਤ ਤਿਆਰ ਹੋਈ ਹੈ ਇਸ ਸੰਬੰਧੀ ਆਪਣੇ ਵਿਚਾਰ ਸਾਨੂੰ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਸੇਧ ਦੇਣ ਵਾਲੀਆਂ ਕਿਸ਼ਤਾਂ ਆਪਦੀ ਝੋਲੀ ਪਾਉਂਦੇ ਰਹੀਏ ਸਾਡਾ ਪਤਾ ਭਾਈ ਅਮਰੀਕ ਸਿੰਘ ਰੰਧਾਵਾ ਅਜ਼ੀਮਗੜ੍ਹ ਵਾਲੇ ਰੰਧਾਵਾ ਸਟੂਡੀਓ ਮੇਨ ਰੋਡ ਸਮਾਣਾ ਮੰਡੀ ਜ਼ਿਲ੍ਹਾ ਪਟਿਆਲਾ ਵਾਹਿਗੁਰੂ ਜੀ ਕਾ ਖਾਲਸਾ